नमस्कार। प्रोग्राम तारे आखते ने वेखरे साढ़े सारे ही दर्शकों का बहुत बहुत स्वागत है। कल असी गंढ मूल ते गल की सी, आओ उस ही विषय नूं अगे वधाने आ। इस दोष दे प्रचलन की परिभाषा ते इहदे विश्लेषण तो निकली हुई परिभाषा की आपस दे विच आपां कंपैरेटिव स्टडी करते हैं, लेकिन नाल नाल ये दसांगे कि प्रचलित परिभाषा के अनुसार ये दोष जिहड़ा है चंद्रमा के जिहड़े असी कल दसे सीगे 6 नक्षत्रां दे विचों किसी एक चरण दे विच स्थित होण दे कारण ही यह दोष बनता है। जबकि विज्ञानिक परिभाषा के मुताबिक गंढ मूल का दोष जिहड़ा है चंद्रमा के इन 6 नक्षत्रां दे विचों तो बनता ही है, ना कि उस नक्षत्र के चारां दे विचों किसी एक चरण दे विच स्थित होंदे। सो चंद्रमा जो रेवती नक्षत्र के चौथे चरण दे विच हुंदा है या अश्विनी चरण के पहले चरण दे विच स्थित हुंदा है उदों गंढ मूल बनता है, या फिर चंद्रमा अश्लेषा नक्षत्र के चौथे चरण के स्थित हो, चंद्रमा मघा नक्षत्र के पहले चरण के स्थित हो, चंद्रमा ज्येष्ठा नक्षत्र के चौथे चरण के स्थित हो, चंद्रमा मूल नक्षत्र के पहले चरण के स्थित हो, तो इस दोष न जुड़े हुए बुरे प्रभावों के बारे भी सानू जानना चाहिए है, क्योंकि गंढ मूल में असं इग्नोर नहीं कर सकते। बाद च बच्चा वड्डा होंदा ते 30-30 साल के बच्चे के माँ प्यो आके कहते हैं गंढ मूल सीगा जी ये साढ़े ते भारी रहा, तो 30 साल तक वो बेचारे नूं चैन की जिंदगी ही जीन नहीं देंदे। सो गंढ मूल के दोष वख-वख कुंडलियां दे विच वख-वख प्रभाव देंदे है, जिन्हां नूं पहला एनालाइज करके ही असं दस पाते हैं, तो ठीक तरह जानन दा सानू बहुत आवश्यक हैगा। कुंडली दे विच चंद्रमा जिहड़ा हैगा इन्हां 6 नक्षत्रां दे विच स्थित हैगा तां किहड़े भाव दे विच है ये देखना पएगा। फिर कुंडली दे दूजे पॉजिटिव या नैगेटिव ग्रहां दा किस तरीके नाल चंद्रमा उत्ते प्रभाव पै रहा। सो चंद्रमा उस कुंडली विशेष दे किस भाव दे स्वामी ने, ते नाल ही नाल कुछ होर महत्वपूर्ण गल्लां ये जाननियां जरूरी हैगियां ना। सो इस तरीके दे नाल जे यह दोष कुंडलियां दे विच बनदा भी हैगा ਤਾਂ ਇਹਦੇ ਬੁਰੇ ਪ੍ਰਭਾਵ ਜਿਹੜੇ ਅਲੱਗ ਅਲੱਗ ਕੁੰਡਲੀਆਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਹੋਣਗੇ, ਅਤੇ ਹੋਰ ਦੋਸ਼ਾਂ ਦੀ ਤਰ੍ਹਾਂ ਇਸ ਦੋਸ਼ ਦੇ ਮਾੜੇ ਪ੍ਰਭਾਵ ਨੂੰ ਵੀ ਕਿਸੇ ਵਿਸ਼ੇਸ਼ ਪਰਿਭਾਸ਼ਾ ਦੇ ਬੰਧਨ ਦੇ ਵਿੱਚ ਨਹੀਂ ਬੰਨ ਸਕਦੇ। ਸੋ ਇਸ ਦੋਸ਼ ਦੇ ਕਾਰਨ ਹੋਣ ਵਾਲੇ ਜਿਹੜੇ ਬੁਰੇ ਪ੍ਰਭਾਵ ਹੈ ਉਹਨਾਂ ਦਾ ਉਸ ਕੁੰਡਲੀ ਦੇ ਅਧਿਐਨ ਤੋਂ ਬਾਅਦ ਹੀ ਅਸੀਂ ਨਿਸ਼ਚਿਤ ਕਰ ਸਕਦੇ ਹਾਂ। ਹੁਣ ਕੁਛ ਹੋਰ ਇੰਪੋਰਟੈਂਟ ਗੱਲਾਂ ਜਿਹੜੀਆਂ ਉਹ ਤੁਸੀਂ ਜਾਣ ਲਓ। ਸਭ ਤੋਂ ਪਹਿਲਾਂ ਤਾਂ 29 ਤਾਰੀਖ ਨੂੰ ਅਮਾਵਸ ਦੇ ਦਿਨ 'ਤੇ ਕਾਲ ਸਰਪ ਦੋਸ਼ ਪਿੱਤਰ ਦੋਸ਼ ਦੇ ਉਪਾਏ ਤੁਸੀਂ ਸਾਡੇ ਤੋਂ ਕਰਾ ਸਕਦੇ ਹੋ। ਲੁਧਿਆਣੇ ਦੇ ਵਿੱਚ ਵੀ ਜਾਂ ਹਰਿਦੁਆਰ ਦੇ ਵਿੱਚ ਵੀ ਗੰਗਾ ਘਾਟ 'ਤੇ ਤੁਸੀਂ ਪੂਜਾ ਕਰਵਾ ਸਕਦੇ ਹੋ। ਅਤੇ ਦੂਜੀ ਗੱਲ ਜਿਹੜੀ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਤੁਹਾਡੇ ਇਹ ਨਜ਼ਰ ਦੇ ਵਿੱਚ ਆਉਣੀ ਚਾਹੀਦੀ ਹੈ ਕਿ ਅੱਜ ਬੁੱਧ ਦਾ ਰਾਸ਼ੀ ਪਰਿਵਰਤਨ ਵੀ ਹੋਇਆ। ਸੋ ਅੱਜ ਬੁੱਧ ਜਿਹੜਾ ਹੈਗਾ ਉਹ ਪਹਿਲਾਂ ਵਰਿਸ਼ਚਿਕ ਰਾਸ਼ੀ 'ਚ ਸੀ, ਉਸ ਤੋਂ ਨਿਕਲ ਕੇ ਧਨੂ ਰਾਸ਼ੀ ਦੇ ਵਿੱਚ ਆ ਰਿਹਾ, ਜਿਸ ਕਾਰਨ ਜਿਹੜਾ ਹੈਗਾ ਅੱਜ ਤੋਂ ਬੈਂਕਿੰਗ ਦੇ ਹਾਲਾਤ ਬੈਟਰ ਹੋਣੇ ਸ਼ੁਰੂ ਹੋਣਗੇ। ਅਤੇ ਜਿਨ੍ਹਾਂ ਦੀ ਵੀ ਬੁੱਧ ਦੀ ਅੰਤਰ ਦਸ਼ਾ ਮਹਾਂਦਸ਼ਾ ਪ੍ਰਤੰਤਰ ਦਸ਼ਾ ਚੱਲ ਰਹੀ ਹੈ, ਅੱਜ ਉਹਨਾਂ ਦੀ ਲਾਈਫ ਦੇ ਵਿੱਚ ਭਾਰੀ ਚੇਂਜਸ ਹੋਣ ਦੀ ਸੰਭਾਵਨਾ। ਆਪਣੀ ਕੁੰਡਲੀ ਦਿਖਾ ਕੇ ਤੁਸੀਂ ਪੁੱਛ ਸਕਦੇ ਹੋ ਕੀ ਚੇਂਜਸ ਹੋਣਗੀਆਂ। ਬਾਕੀ ਅੱਜ ਦਾ ਦਿਨ ਜਿਹੜਾ ਹੈ ਸੋਮਵਾਰ ਦਾ ਦਿਨ ਹੈ, ਸੋ ਰਾਹੂ ਕਾਲ ਟਾਈਮ ਜਿਹੜਾ ਹੈਗਾ ਅੱਜ 1.5 ਘੰਟੇ ਦਾ ਸਵੇਰੇ 7:30 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਇਸ ਟਾਈਮ ਦੇ ਵਿੱਚ ਕੋਈ ਵੀ ਸ਼ੁਭ ਕੰਮ ਨਾ ਕਰਿਓ, ਜੇ ਕਰਨ ਦੀ ਨੌਬਤ ਆ ਜਾਵੇ ਤਾਂ ਪਹਿਲਾਂ ਆਪਣੀ ਕੁੰਡਲੀ ਚੈੱਕ ਕਰਾ ਕੇ ਫਿਰ ਤੁਸੀਂ ਪੁੱਛ ਸਕਦੇ ਹੋ। ਹੁਣ ਜਿੰਨੇ ਵੀ ਇੰਟਰਨੈਟ ਯੂਜ਼ਰਸ ਨੇ ਫੇਸਬੁੱਕ 'ਤੇ ਸਾਡੇ ਪੇਜ ਐਸਟ੍ਰੋਲੋਜਰ ਸੁਖਵਿੰਦਰ ਲੁਧਿਆਣਾ ਇੰਡੀਆ ਨੂੰ ਲਾਈਕ ਕਰ ਸਕਦੇ ਹੋ, ਤਾਂ ਯੂਟਿਊਬ 'ਤੇ ਇਸੇ ਹੀ ਨਾਮ ਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਉੱਥੇ ਪਈਆਂ 1330 ਤੋਂ ਜ਼ਿਆਦਾ ਵੀਡੀਓਜ਼ ਨੂੰ ਤੁਸੀਂ ਦੇਖ ਸਕਦੇ ਹੋ, ਜਿਨ੍ਹਾਂ ਨੂੰ 2,05,000 ਤੋਂ ਜ਼ਿਆਦਾ ਲੋਕ ਪੂਰੇ ਵਰਲਡ ਦੇ ਵਿੱਚ ਦੇਖ ਚੁੱਕੇ ਨੇ। ਸੋ ਬਹੁਤ ਸਾਰੀ ਡੂੰਘੀ ਜਾਣਕਾਰੀ ਅਤੇ ਨਵੇਂ ਅਪਡੇਟਸ ਤੁਹਾਨੂੰ ਮਿਲ ਸਕਦੇ ਆ। ਜਿਹੜੇ ਲੋਕ ਸਾਡੇ ਨਾਲ ਵਟਸਐਪ 'ਤੇ ਜੁੜਨਾ ਚਾਹੁੰਦੇ ਆ, ਸਾਡੇ ਨੰਬਰ 9872620533 'ਤੇ ਤੁਸੀਂ ਆਪਣਾ ਨਾਮ, ਕੰਟਰੀ ਨੇਮ, ਸਿਟੀ ਨੇਮ ਭੇਜ ਕੇ ਸਾਨੂੰ ਲਿਸਟ ਦੇ ਵਿੱਚ ਸ਼ਾਮਿਲ ਸਾਡੀ 'ਚ ਹੋ ਸਕਦੇ ਹੋ, ਜਿਹਦੇ ਨਾਲ ਕਾਫੀ ਅਪਡੇਟਸ ਆਉਣਗੇ। ਬਟ ਨੋ ਫਰੀ ਕੰਸਲਟੇਸ਼ਨ ਪਲੀਜ਼। ਤੋ ਉਸ ਤੋਂ ਇਲਾਵਾ ਜਿਹੜਾ ਹੈ ਅੱਜ ਦਾ ਰਾਸ਼ੀਫਲ ਜੀ ਦਾ ਸਭ ਤੋਂ ਜ਼ਿਆਦਾ ਤੁਹਾਨੂੰ ਇੰਤਜ਼ਾਰ ਰਹਿੰਦਾ ਹੈ। ਮੇਸ਼ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਅੱਜ ਦਾ ਦਿਨ ਜਿਹੜਾ ਹੈ ਟੈਨਸ਼ਨ ਭਰਿਆ ਹੋ ਸਕਦਾ, ਜਦਕਿ ਵਰਿਸ਼ ਰਾਸ਼ੀ ਵਾਲੇ ਪਿਆਰ ਤੋਂ ਸ਼ਾਦੀ ਤੱਕ ਦੀ ਗੱਲਬਾਤ ਚੱਲ ਸਕਦੀ ਹੈ। ਮਿਥੁਨ ਰਾਸ਼ੀ ਵਾਲਿਆਂ ਨੂੰ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ, ਜਦਕਿ ਕਰਕ ਰਾਸ਼ੀ ਵਾਲੇ ਫੋਨ ਦੀ ਪਹਿਲੀ ਘੰਟੀ ਕੋਈ ਵਧੀਆ ਸਮਾਚਾਰ ਦੇ ਸਕਦੀ ਹੈ। ਸਿੰਘ ਰਾਸ਼ੀ ਵਾਲੇ ਜਾਤਕਾਂ ਨੂੰ ਪੁਲਿਸ ਦੇ ਨਾਲ ਅੱਜ ਕੋਈ ਪ੍ਰੋਬਲਮ ਆ ਸਕਦੀ ਹੈ। ਸੋ ਕੰਨਿਆ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਅੱਜ ਲੁੱਟ ਖੋਹ ਹੋ ਸਕਦੀ ਹੈ, ਤੁਹਾਡੇ ਨਾਲ ਕੇਅਰਫੁਲ ਰਹੀਓ। ਤੁਲਾ ਰਾਸ਼ੀ ਵਾਲੇ ਜਾਤਕਾਂ ਦੇ ਲਈ ਸੱਜੇ ਪੈਰ ਦੀ ਪਰੇਸ਼ਾਨੀ ਹੋ ਸਕਦੀ ਹੈ, ਜਦਕਿ ਵਰਿਸ਼ਚਿਕ ਰਾਸ਼ੀ ਵਾਲੇ ਬੈਂਕਿੰਗ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ। ਧਨੂ ਰਾਸ਼ੀ ਵਾਲੇ ਨਾਮ ਮਾਨ ਸਨਮਾਨ ਬਹੁਤ ਉੱਚਾ ਹੋਏਗਾ, ਮੱਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਤੁਹਾਡੇ ਉੱਤੇ ਕੋਈ ਬਲੇਮ ਲੱਗ ਸਕਦਾ ਹੈ। ਕੁੰਭ ਰਾਸ਼ੀ ਵਾਲੇ ਜਾਤਕ ਕਿਸਮਤ ਬਹੁਤ ਕੁਛ ਅੱਜ ਦੇ ਸਕਦੀ ਹੈ, ਅਤੇ ਮੀਨ ਰਾਸ਼ੀ ਵਾਲੇ ਜਾਤਕ ਅੱਜ ਤੁਸੀਂ ਵਿਦੇਸ਼ ਨਾਲ ਸੰਬੰਧਿਤ ਆਪਣੇ ਸਿਤਾਰੇ ਵਧੀਆ ਪਾਓਗੇ।
ਸੁਬਾਹ ਸਾਰੇ ਦਰਸ਼ਕ ਪੁੱਛਦੇ ਆ ਸੁਖਮਿੰਦਰ ਜੀ ਅਸੀਂ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਜਾਂ ਟੈਲੀਫੋਨਿਕ ਕੰਸਲਟੇਸ਼ਨ ਚਾਹੁੰਦੇ ਹਾਂ ਆ ਕੇ ਪੁੱਛਣਾ ਚਾਹੁੰਦੇ ਹਾਂ ਜਾਂ ਫਿਰ ਤੁਹਾਡੇ ਤੋਂ ਰਤਨ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ ਸੋ ਵਾਸਤੂ ਵਿਜ਼ਿਟ ਵੀ ਕਰਾਉਣਾ ਚਾਹੁੰਦੇ ਹਾਂ ਪਿਆਰੇ ਦਰਸ਼ਕੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ ਸਾਡਾ ਪਤਾ ਨੋਟ ਕਰ ਲਓ ਐਸਟ੍ਰੋਲੋਜਰ ਸੁਖਮਿੰਦਰ 30G ਸਰਾਭਾ ਨਗਰ ਲੁਧਿਆਣਾ ਪੰਜਾਬ ਇੰਡੀਆ ਫੋਨ ਨੰਬਰ 9417020533 ਅਤੇ ਵਟਸਐਪ ਨੰਬਰ ਹੈ 9872620533 ਜਾਣ ਤੋਂ ਪਹਿਲਾਂ ਇਹੀ ਕਹਾਂਗੇ ਸਭ ਤੋਂ ਵੱਡਾ ਦਰਜਾ ਮਾਂ ਦਾ ਜਦੋਂ ਵੀ ਕਰਾਉਣ ਜਾਂਦੇ ਹਾਂ ਮਾਂ ਦੇ ਚਰਨ ਛੂ ਕੇ ਜਾਓ ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲੋ ਝੂਠ ਨਾ ਬੋਲੋ ਗਾਲਾਂ ਨਾ ਕੱਢੋ ਕਿਸੇ ਦਾ ਮਾੜਾ ਨਾ ਕਰੋ ਤਕਦੀਰ ਬਹੁਤ ਵਧੀਆ ਹੋ ਜੂਗੀ ਧੀਆਂ ਨੂੰ ਕੁੱਖਾਂ 'ਚ ਨਾ ਮਾਰੀਓ ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ ਨਸ਼ਿਆਂ ਤੋਂ ਪਰਹੇਜ਼ ਕਰੀਓ ਅਤੇ 10 ਬੰਦ ਕੱਢ ਕੇ ਨੇ ਕੰਮਾਂ 'ਚ ਖਰਚ ਕਰਦੇ ਰਹੀਓ ਕੱਲ੍ਹ ਫਿਰ ਮਿਲਾਂਗੇ ਨਮਸਕਾਰ